ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਹਾਲ ਚਾਲ ਜੀ? ਠੀਕ ਠਾਕ ਹੋ? ਮੌਜਾਂ ਹੀ ਮੌਜਾਂ ਦੀ ਸ਼ੂਟ ਚੱਲ ਰਹੀ ਹੈ। ਇਹ ਅੱਜ ਟ੍ਰੇਲਰ 'ਤੇ ਚਾੜਿਆ ਮੋਟਰਸਾਈਕਲ, ਟ੍ਰੇਲਰ 'ਤੇ ਚਾੜਿਆ, ਕੰਮ ਜਲਦਾ ਹੋ ਰਿਹਾ। ਬੈਠਾ ਰਹੇ ਹੈ, ਬੈਠਾ ਹੈ, ਕਲੈਪ ਦੇਣ ਦੇ ਲਈ ਵੀ ਬੈਠਾ ਹੈ। ਐਵਰੀਥਿੰਗ ਇਜ਼ ਸੇਫ ਐਂਡ ਸਿਕਿਉਰ। ਪ੍ਰੋਡਿਊਸਰ ਸਾਹਿਬ ਜਾ ਕੇ ਪਹਿਲਾਂ ਹੀ ਉੱਤੇ ਖੜ ਗਏ ਨੇ। ਸਮੀਪ ਕੰਗ ਜੀ ਕਿੱਥੇ ਆ? ਸਮੀਪਾ ਜੀ ਦੇਖੋ ਹੁਣ ਕੀ ਕਹਿ ਸਕਦੇ ਹਾਂ, ਦੋ ਹੈਵੀ ਡਿਊਟੀ ਗੱਡੀਆਂ ਤਾਂ ਉੱਥੇ ਚੜ ਗਈਆਂ ਪਹਿਲਾਂ। ਭਾਜੀ ਇਹ ਪਹਿਲਾਂ ਟ੍ਰੇਲਰ ਵਾਲੇ ਨੂੰ ਪੁੱਛ ਲਓ ਵੀ ਇਹ ਬੰਦਾ ਇੰਨਾ ਭਾਰ ਕੈਰੀ ਕਰ ਸਕਦਾ, ਇਹ ਇੰਨਾ ਭਾਰ ਕੈਰੀ ਕਰ ਸਕਦਾ ਏਸੀ ਦਾ, ਸਾਨੂੰ ਪਤਾ ਨਹੀਂ। ਉਧਰ ਦੇਖ ਲਓ ਕਿੰਨੇ ਤਾਮਜਾ ਵਾ। ਨਰੇਸ਼ ਜੀ ਬਿਲਕੁਲ ਚੀਜ਼ ਨੂੰ ਇੰਜੋਏ ਨਹੀਂ ਕਰ ਰਹੇ ਹੈਗੇ, ਉਹ ਆਪਣੀ ਵੀਡੀਓ ਬਣਾਉਣ ਲੱਗ ਗਏ ਯਾਰ, ਕਿ ਕੋਈ ਪਤਾ ਨਹੀਂ। ਮੈਨੂੰ ਢਿੱਲੋਂ ਸਾਹਿਬ ਇੱਧਰ ਖੜੇ ਨੇ, ਢਿੱਲੋਂ ਸਾਹਿਬ ਕਿੰਨਾ ਹਾਲ ਚਾਲ ਏ? ਬੜਾ ਜਿਹਾ ਇੱਕ ਧੱਕਾ ਹੋ ਰਿਹਾ ਆਪਣੇ ਨਾਲ ਵੀ ਇੱਧਰ ਬੰਦਿਆਂ ਨੇ ਆਪਣੇ ਆਪ ਨੂੰ ਬੈਲਟਾਂ ਪਾ ਲਈਆਂ, ਉੱਧਰ ਬੰਦਿਆਂ ਨੇ ਪਾ ਲਈਆਂ ਸੁੱਖੇ, ਉਹਨਾਂ ਨੇ ਹੈਲਮਟ ਵੀ ਹੈ ਨੀ ਗਾ, ਕਹਿੰਦੇ ਜੇ ਪਿੱਛੇ ਲੈ ਗਿਆ ਤਾਂ ਲੈ ਗਿਆ। ਸਭ ਤੋਂ ਡੇਂਜਰਸ ਸੀਟ ਕਿਹਦੀ ਆ? ਅਨਮੋਲ ਸਾਹਿਬ ਪਹੁੰਚ ਚੁੱਕੇ ਨੇ। ਕਰਮਜੀਤ, ਅਨਮੋਲ ਜੀ, ਕਰਮਜੀਤ ਬਾਈ ਜੀ ਬੈਠੋ। ਹੈਲੋ ਜੀ। ਅੱਛਾ, ਅੱਜ ਸੀਟ ਨਵੀਂ ਲੱਗ ਗਈ ਹੈ। ਕੱਲ ਜਿਹੜੀ ਸੀਟ ਸੀ ਇੱਥੇ ਸੀਟ ਹੈ ਨਹੀਂ ਸੀ ਦੋਸਤੋ। ਮੈਂ ਵੈਸੇ ਦੱਸ ਦਿੰਦਾ ਵੀ ਕਈ ਵਾਰੀ ਕੋਈ ਟ੍ਰੇਲਰ 'ਚ ਸੀਨ ਆਉਂਦਾ ਹੁੰਦਾ ਜਾਂ ਫਿਲਮ ਦੇ ਵਿੱਚ ਬਾਅਦ ਕਹਿੰਦੇ ਲਾ, ਜਿੱਥੇ ਮੈਨੂੰ ਬੈਠਾ ਉੱਥੇ ਤਾਂ ਸੀਟ ਹੀ ਹੈ ਨਹੀਂ ਸੀਗੀ, ਕੱਲ੍ਹ ਵਾਲੀ ਸੀਟ 'ਚ ਹੈ ਨਹੀਂ ਸੀਗੀ। ਅਸੀਂ ਮੰਨ ਲਿਆ, ਅਸੀਂ ਪਹਿਲਾਂ ਤੁਹਾਨੂੰ ਦੱਸਤਾ ਅੱਜ ਸੀਟ ਸਾਡੀ ਨਵੀਂ ਲੱਗ ਚੁੱਕੀ ਆ, ਠੀਕ ਹੈ? ਕੱਲ੍ਹ ਹੀ ਸੀਗੀ। ਸੀਟ ਬਾਰੇ ਕੋਈ ਬਲੇਮ ਨਹੀਂ ਕਰਨਾ, ਜੇ ਤੁਹਾਨੂੰ ਕਿਤੇ ਵੀ ਅਜਿਹੀ ਚੀਜ਼ ਦਿਖੇ। ਮੈਨੂੰ ਲੱਗਦਾ ਵੀ ਗੋਰਾ ਬੰਦਾ ਇਹ ਕਹਿ ਰਿਹਾ ਵੀ ਇਹਨਾਂ ਨੂੰ ਰੱਸੀਆਂ ਪਾਉਣੀਆਂ ਪੈਣੀਆਂ। ਅੱਛਾ, ਉਹ ਕਹਿੰਦਾ ਵੀ ਪਾਉਣੀਆਂ ਪੈਣੀਆਂ ਨੇ। ਇੱਕ ਬੰਦਾ ਆਇਆ ਜਿਹੜਾ ਸਾਡਾ ਭਲਾ ਸੋਚਦਾ ਵਾ। ਯੈਸ ਸਰ, ਬੈਲਟਾਂ ਪਾਉਣੀਆਂ ਪੈਣੀਆਂ ਕਹਿੰਦੇ। ਹੈਲੋ, ਟੈਸਟ ਲੈ ਰਹੇ ਸੀਗੇ। ਹਾਂ ਵੀ ਯੈਸ, ਯੂ ਆਰ ਹੇਅਰ ਟੂ ਸੇਵ ਅਸ। ਥੈਂਕ ਯੂ ਸੋ ਮਚ। ਸੋ ਇਹ ਬੰਦਾ ਵਾ, ਇਹ ਆਪਣੀ ਹੈਲਪ ਕਰੂਗਾ, ਆਪਾਂ ਨੂੰ ਸੇਵ ਕਰ ਸਕਦਾ। ਗੁੱਡ ਮੈਨ, ਵੈਰੀ ਗੁੱਡ ਮੈਨ, ਇਜ਼ ਹੇਅਰ ਟੂ ਸੇਵ ਅਸ।